ਅਤ ਸਭੀ ਜ਼ਿੰਦਗੀ ਦੇ ਵਿੱਚ ਕੁਝ ਚੀਜ਼ਾਂ ਤੁਸੀਂ ਸਿੱਖ ਲਓਗੇ ਨਾ ਕੁਝ ਆਪਣੇ ਆਪ ਨੂੰ ਸਮਝਾ ਲਓਗੇ ਤੇ ਤੁਹਾਡੀ ਕਾਫੀ ਸਾਰੀ ਫਰਸਟ੍ਰੇਸ਼ਨ ਦੂਰ ਹੋ ਜਾਏਗੀ ਤੇ ਜਿਹੜਾ ਤੁਹਾਨੂੰ ਅੰਦਰੋਂ ਹੀ ਅੰਦਰ ਇੱਕ ਸੂਲ ਉੱਠ ਰਿਹਾ ਹੁੰਦਾ ਨਾ ਗਮ ਉਹ ਗੁੱਸਾ ਹੁੰਦਾ ਉਹ ਠੀਕ ਹੋ ਜਾਏਗਾ ਇੱਕ ਗੱਲ ਤੇ ਇਹ ਵੀ ਕਿ ਜੇ ਤੁਸੀਂ ਗੋਰੇ ਹੋ ਨਾ ਜੋ ਗੋਰਿਆਂ ਦੇ ਦੇਸ਼ਾਂ ਵਿੱਚ ਪੈਦਾ ਹੋਇਆ ਹੈ ਜਿਵੇਂ ਗੋਰਾ ਤੇ ਫਿਰ ਤੁਸੀਂ ਉਹ ਫਰੀडम फाइਟਰ ਤੁਸੀਂ ਉਹ ਸੋਲਜਰ ਲਿਬੇਰੇਸ਼ਨ ਫਾਈਟਰ ਤੇ ਜੇ ਤੁਸੀਂ ਗੰਧਮੀ ਜਿਵੇਂ ਸਾਡੇ ਰੰਗ ਨੇ ਜਾਂ ਤੁਸੀਂ ਕਾਲੇ ਹੋ ਤੇ ਫਿਰ ਤੁਸੀਂ دہشتਗਰਦ ਹੋ ਟੈਰਰਿਸਟ ਹੋ ਠੀਕ ਹੈ ਦੂਸਰੀ ਗੱਲ ਇਹ ਵੀ ਜੇ ਤੁਸੀਂ ਗੋਰੇ ਹੋ ਦੈਨ ਯੂ ਕੈਨ ਜਸ ਸੇ ਦੈਟ ਯੂ نو देयर इज अ ਸਰਟਨ ਅਮਾਉਂਟ ਆਫ ਮਨੀ ਦੈਟ ਵੀ ਕੈਨ ਨਾਟ ਅਕਾਊਂਟ ਫੋਰ ਸਾਡਾ ਹਿਸਾਬ ਗਲਤ ਹੋ ਗਿਆ ਹੈ 3.5 ਟ੍ਰਿਲੀਅਨ ਡਾਲਰ ਉਂਝ ਕਿਦਰ ਗਵਾਚ ਕੇ ਨੇ ਸਾਨੂੰ ਪਤਾ ਨਹੀਂ ਲੱਗਿਆ ਪਰ ਜੇ ਤੁਸੀਂ ਬ੍ਰਾਊਨ ਜਾਂ ਕਾਲੇ ਹੋ ਤੇ ਫਿਰ ਤੁਸੀਂ ਕਰਪਟ ਫਿਰ ਤੁਸੀਂ ਕਰਪਸ਼ਨ ਕੀਤੀ ਹੈ ਪ੍ਰੋਪਰ ਤੇ ਜੇ ਤੁਸੀਂ ਗੋਰੇ ਹੋ ਤੇ ਤੁਹਾਡੀ ਮਜਬੂਰੀ ਹੈ ਲੋਕਾਂ ਨੂੰ ਮਾਰਨਾ ਤੁਸੀਂ ਮਜਬੂਰ ਹੋ ਕੇ ਮਾਰਦੇ ਤੁਸੀਂ ਉਹਨਾਂ ਦੇ ਫਾਇਦੇ ਵਾਸਤੇ ਉਹਨਾਂ ਨੂੰ ਕੁੱਟਦੇ ਹੋ ਮਾਰਦੇ ਉਹਨਾਂ ਦੇ ਗਲੇ ਵੱਢਦੇ ਉਹਨਾਂ ਦੇ ਬੱਚੇ ਮਾਰਦੇ ਹੋ ਉਹਨਾਂ ਵਾਸਤੇ ਉਹਨਾਂ ਦੀ ਫਰੀडम ਵਾਸਤੇ ਉਹਨਾਂ ਦੀ ਆਜ਼ਾਦੀ ਵਾਸਤੇ ਉਹਨਾਂ ਦੀ ਡੈਮੋਕ੍ਰੇਸੀ ਵਾਸਤੇ ਮਜਬੂਰ ਹੁੰਦੇ ਹੋ ਐਂਡ ਇਫ ਯੂ ਆਰ ਬ੍ਰਾਊਨ অর ਬਲੈਕ অর ਮੁਸਲਮ ਤੇ ਫਿਰ ਤੁਸੀਂ ਸ਼ੌਕ ਨਾਲ ਕਰਦੇ ਹੋ ਫਿਰ ਤੁਹਾਨੂੰ ਮਜ਼ਾ ਆਉਂਦਾ ਹੈ ਪਰ ਤੁਸੀਂ ਹੋ ਹੀ ਜਾਂਦੇ ਜੰਗਲੀ ਜਨੂਨੀ ਵੈਸ਼ੀ ਤੁਸੀਂ ਹੋ ਹੀ ਜਾਂਦੇ ਤੁਹਾਨੂੰ ਲੋਕਾਂ ਨੂੰ ਮਾਰਨ ਦਾ ਸ਼ੌਕ ਏ ਇਹ ਕੁਝ ਪੁਆਇੰਟ ਤੁਸੀਂ ਆਪਣੇ ਆਪ ਨੂੰ ਸਮਝਾ ਲੋਗੇ ਨਾ ਤੇ ਫਿਰ ਜ਼ਿੰਦਗੀ ਸੌਖੀ ਲੰਘਣ ਲੱਗੀਏ ਫਿਰ ਤੁਹਾਨੂੰ ਇਹ ਗੁੱਸਾ ਨਹੀਂ ਆਏਗਾ ਕਿ ਭਈ ਮੀਡੀਆ ਸਾਨੂੰ ਇੰਝ ਪੋਰਟਰੇ ਕਿਉਂ ਕਰ ਰਿਹਾ ਹੈ ਸਿਆਸਤਦਾਨਾਂ ਦੀਆਂ ਗੱਲਾਂ ਕਿਉਂ ਕਰ ਰਹੇ ਨੇ ਹੈ ਯੂਐਨਏ ਫਲਾਣੇ ਧਮਕਾਣੇ ਇਹ ਸਾਨੂੰ ਇਸ ਤਰ੍ਹਾਂ ਕਿਉਂ ਵੇਖਦੇ ਨੇ ਭਈ ਇਹ ਸਾਡੇ ਰੰਗ ਦੀ ਵਜ੍ਹਾ ਤੋਂ ਠੀਕ ਹੈ ਨਾ ਸਾਡੇ ਮਜ਼ਬ ਸਾਡੇ ਰੰਗ ਸਾਡੀ ਆਇਡੈਂਟੀਟੀ ਦੀ ਵਜ੍ਹਾ ਤੋਂ ਏ ਜੇ ਅਸੀਂ ਵੀ ਗੋਰੇ ਹੁੰਦੇ ਸਾਡੇ ਵੀ ਲੋਸ਼